ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡੇ ਸਾਰਿਆਂ ਸਵਾਗਤ ਹੈ ਆਪਣੇ ਚੈਨਲ ਫਾਰਮ ਲਾਈਫ ਵਿਦ ਪਿੰਦਾ ਢਿੱਲੋਂ। ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਅਤੇ ਜਿਵੇਂ ਆਪਾਂ ਨੂੰ ਪਤਾ ਹੀ ਹੈ ਸਾਰਾ ਵੀ ਕਣਕਾਂ ਤਕਰੀਬਨ ਸਾਰੀਆਂ ਹੀ ਮੁਹੱਲੇ 'ਤੇ ਹੈਗੀਆਂ ਗੀਆਂ ਚੌਲਾਂ ਵਾਲੀਆਂ, ਅਤੇ ਉਹਨਾਂ 'ਚ ਰੇਹ ਦਾ ਟਾਈਮ ਹੋ ਗਿਆ ਪੂਰਾ, ਅਤੇ ਜਿੰਨੀ ਵੀ ਆਪਾਂ ਉਹ 'ਚ ਖਾਦ ਵਗੈਰਾ ਪਾਉਣੀ ਸੀ ਉਹ ਆਪਾਂ ਪਾਤੀ ਹੈ, ਅਤੇ ਹੁਣ ਟਾਈਮ ਹੈਗਾ ਉਹ 'ਤੇ ਸਪਰੇਹਾਂ ਕਰਨ ਦਾ, ਨਿਊਟ੍ਰੀਸ਼ਨ ਦੀਆਂ। ਅਤੇ ਆ ਜਾਓ ਫਿਰ ਆਪਾਂ ਚੱਲਦੇ ਹਾਂ ਖੇਤ, ਅਤੇ ਨਾਲੇ ਤੁਹਾਨੂੰ ਦਿਖਾਉਂਦੇ ਹਾਂ ਕਣਕ, ਅਤੇ ਨਾਲੇ ਕਰਦੇ ਹਾਂ ਸਪਰੇ। ਜਿਨ੍ਹਾਂ ਨੇ ਆਪਣਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਸਬਸਕ੍ਰਾਈਬ ਕਰੋ, ਅਤੇ ਬੈੱਲ ਆਈਕੋਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਜੋ ਆਉਣ ਵਾਲੇ ਵਲੋਗ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਜਲਦੀ ਮਿਲ ਸਕੇ। ਆਪਾਂ ਪਹੁੰਚ ਗਏ ਖੇਤ, ਅਤੇ ਕਣਕ ਆਪਣੀ ਹੋ ਗਈ 105 ਦਿਨਾਂ ਦੀ, ਅਤੇ 29-60 ਬੀਜੀ ਸੀਗੀ ਆਪਾਂ, ਆਪਦੇ ਘਰ ਵਾਲੇ ਬੀਜ ਸੀਗਾ। ਇਹੀ ਲੱਗ ਗਈ ਹੈ ਬੱਲੀਆਂ ਕੱਢਣ ਕਿਤੇ ਕਿਤੇ, ਬਾਕੀ 10-15 ਦਿਨਾਂ ਵਿੱਚ ਸਾਰੀਆਂ ਬੱਲੀਆਂ ਨੇ ਬਾਹਰ ਕੱਢ ਲੈਣੀਆਂ ਹੈਗੀਆਂ। ਅਤੇ ਇਹਦੇ 'ਤੇ ਆਪਾਂ ਕਰਾਂਗੇ ਅੱਜ ਸਪਰੇ। ਯੂਰੋ 45 ਸਲਫਰ ਅਤੇ ਬੋਰਨ ਤਿੰਨੋਂ ਸਪਰੇਹਾਂ ਆਪਾਂ ਕਰਾਂਗੇ ਅੱਜ ਇਹਦੇ ਰਲਾ ਕੇ। ਅਤੇ ਹਾਈਟ ਵਗੈਰਾ ਠੀਕ ਹੈ ਇਹਦੀ, ਅਤੇ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਬੀਜ ਦਾ ਪਾਇਆ ਸੀਗਾ ਤਕਰੀਬਨ 42-43 ਕਿਲੋ ਦੇ ਲਗਭਗ, ਅਤੇ ਬਹੁਤ ਸੋਹਣੀ ਗਰੋਥ ਕੀਤੀ ਹੈ ਬੂਝਿਆਂ ਨੇ, ਜਾਂ ਦੇਖ ਸਕਦੇ ਹੋ ਤੁਸੀਂ। ਅਤੇ ਹੁਣ ਆਪਾਂ ਇਹ 'ਚ 60 ਦਿਨਾਂ ਦੇ ਅੰਦਰ ਅੰਦਰ ਰੇਹ ਕਰਤੀ ਸੀ ਪੂਰੀ, ਉਸ ਤੋਂ ਬਾਅਦ 'ਚ ਹੋ ਗਿਆ 40 ਦਿਨ, ਇਹ 'ਚ ਕੁਛ ਪਾਇਆ ਵਗੈਰਾ ਹੈ ਨਹੀਂ ਗਾ ਆਪਾਂ, ਅਤੇ ਉਹਦਾ ਕਰਕੇ ਅਤੇ ਹੁਣ ਜਿਹੜੇ ਨੇ ਦਾਣੇ ਬਣਾਉਣੇ ਹੈਗੇ ਉਹਦੇ ਵਾਸਤੇ, ਜੇ ਹੁਣ ਯੂਰੀਆ ਸਿੱਟਦੇ ਹੈ ਉਹਨਾਂ ਤੇਲਾ ਹੋਊਗਾ, ਅਤੇ ਉਹਦਾ ਕਰਕੇ ਆਪਾਂ ਇਹਦੇ ਨਿਊਟ੍ਰੀਸ਼ਨ ਦੀਆਂ ਸਪਰੇਹਾਂ ਕਰਾਂਗੇ। 13 ਯੂਰੋ 45 ਅਤੇ ਬੋਰਨ ਦੀਆਂ ਸਪਰੇਹਾਂ ਕਰਨ ਦਾ ਫਾਇਦਾ ਹੈਗਾ ਹੈਗਾ ਵੀ ਜਿਹੜੇ ਬੱਲੀ ਦੇ ਵਿੱਚ ਆ ਦੇਖ ਸਕਦੇ ਥਰੜੇ ਆਹ 2 ਦਾਣੇ ਹੈਗੇ ਅਤੇ ਖਾਲੀ ਰਹਿ ਜਾਂਦੇ ਹੈਗੇ, ਜੇ ਆਪਾਂ ਕਣਕ ਵਢਾਉਂਦੇ ਹਾਂ ਉਦੋਂ ਪਤਾ ਲੱਗਦਾ ਆਪਾਂ ਮਸ਼ੀਨ ਦੇ ਮਗਰ ਜਦੋਂ ਚੱਕ ਕੇ ਦੇਖਦੇ ਹਾਂ ਟਾਂਗਰ ਉੱਤੇ ਐਵੇਂ ਯੁੱਕਰੀ ਰਹਿ ਜਾਂਦੇ ਹੈ। ਅਤੇ ਸਪਰੇ ਦੇ ਫਾਇਦਾ ਇਹੀ ਹੈਗਾ ਵੀ ਇਹਨਾਂ ਦੇ ਵਿੱਚ ਵੀ ਦਾਣੇ ਪੂਰੇ ਬਣਦੇ ਹੈਗੇ, ਨਾ ਮਾਤਰ ਦੇ ਬਰਾਬਰ ਹੀ ਖਾਲੀ ਰਹਿੰਦੀ ਹੈਗੀ, ਅਤੇ ਜਿਹਦੇ ਨਾਲ ਆਪਣੇ ਝਾੜ 'ਚ 5-4% ਜ਼ਰੂਰ ਵਾਧਾ ਹੁੰਦਾ ਹੈਗਾ। ਅਤੇ ਆਪਾਂ ਕਰਾਏ ਕਣਕ 'ਤੇ NPK 13 ਯੂਰੋ 45, ਅਤੇ ਆਹ ਵੀ ਆਪਣੇ ਸਲਫਰ, ਇਹ ਆਪਾਂ ਪਹਿਲਾਂ ਵੀ ਕੀਤੀ ਸੀਗੀ, ਇਹਦਾ ਰਿਜ਼ਲਟ ਬਹੁਤ ਵਧੀਆ ਹੈਗਾ। ਇੱਧਰ ਆਪਣਾ ਬੋਰਨ ਘੋਲ ਰੱਖੀ ਆਪਾਂ, ਅਤੇ ਬਾਅਦ 'ਚ ਆਪਾਂ ਕਿੱਲੇ ਦੇ ਹਿਸਾਬ ਨਾਲ ਘੋਲਾਂਗੇ ਨਾ, ਅਤੇ ਜੇਕਰ ਆਪਾਂ 4 ਜਾਂ 5 ਢੋਲੀਆਂ ਪਾਉਂਦੇ ਹਾਂ ਉਸ ਹਿਸਾਬ 'ਤੇ ਹੈਗੀ ਉੱਤਮ ਦੀ ਹੈਗੀ। ਅਤੇ ਬੋਰਨ ਵਗੈਰਾ ਤਾਂ ਸੌਖੀ ਹੋ ਜਾਂਦੀ ਹੈਗੀ, ਜਿਹੜੀ NPK ਆਪਣੀ ਇਹ ਥੱਲੇ ਰਹਿ ਜਾਂਦੀ ਹੈ, ਤਾਂ ਕਰਕੇ ਆਪਾਂ ਇਹ 'ਚ ਪਾਣੀ ਥੋੜ੍ਹਾ ਜ਼ਿਆਦਾ ਪਾਉਣਾ ਪੈਂਦਾ ਹੈਗਾ। ਅਤੇ ਆਪਾਂ ਬੋਰਨ 4-5 ਕਿੱਲਿਆਂ ਹੀ ਘੁਲੀ ਸੀ, ਇਹ ਇਕੱਠੀ ਘੁਲ ਗਈ ਸੀ, 100 ਗ੍ਰਾਮ ਕਿੱਲੇ ਦੇ ਹਿਸਾਬ ਨਾਲ ਹੀ ਪੈਂਦੀ ਹੈ ਜੀ। ਇਹ ਪੈਂਦੀ ਹੈ ਆਪਣੀ NPK ਕਿੱਲੋ 1 ਕਿੱਲੇ ਦੀ,
ਅਤੇ ਤਾਂ ਕਰਕੇ ਇਹਦੀ ਕੁਆਂਟਿਟੀ ਥੋੜ੍ਹੀ ਜ਼ਿਆਦਾ ਹੋ ਜਾਂਦੀ ਹੈ, ਇਸ ਕਰਕੇ ਆਪਾਂ ਨੂੰ ਵੱਧ ਪਾਣੀ 'ਚ ਘੁਲਣੀ ਪੈਂਦੀ ਹੈਗੀ। ਅਤੇ ਜੇਕਰ ਪਾਣੀ ਘੱਟ ਪਾਉਂਦੇ ਹਾਂ ਤਾਂ ਥੱਲੇ ਰਹਿ ਜਾਂਦੀ ਹੈਗੀ 10 ਤੋਂ ਲੈ ਕੇ 15% ਤੱਕ। ਆਪਾਂ ਪਾਵਾਂਗੇ ਸਰਬਰ ਇੱਕ ਢੋਲੀ ਦੇ ਹਿਸਾਬ ਨਾਲ 40 ml ਪੈਂਦੀ ਹੈ ਜੀ, 250 ਗ੍ਰਾਮ ਇਹਦੀ ਕਿੱਲੇ ਦੀ ਡੋਜ਼ ਹੈਗੀ ਹੈ ਜੀ। ਇਹ 'ਚ 2 ਸਾਲਟ ਹੈਗੀ ਹੈਗੀ, ਸਲਫਰ ਹੈ, ਇੱਕ ਫੰਗੀਸਾਈਡ ਹੈ।